ਬੋਲੋ ਜੀ। ਮਾਲ ਜੀ, ਧੰਨਵਾਦ ਸਪੀਕਰ ਸਾਹਿਬ। ਸਪੀਕਰ ਸਾਹਿਬ, ਗਵਰਨਰ ਸਾਹਿਬ ਨੇ ਇੱਕ ਇਸ਼ੂ ਫਲੈਗ ਕੀਤਾ ਸੀਗਾ, ਜਿਹੜੀ ਸਿਲੈਕਸ਼ਨ ਪ੍ਰੋਸੈਸ ਪ੍ਰਿੰਸੀਪਲਸ ਅਤੇ ਟੀਚਰਸ ਨੂੰ ਟ੍ਰੇਨਿੰਗ ਵਾਸਤੇ ਸਿੰਗਾਪੁਰ ਭੇਜਣ ਲਈ, ਤਾਂ ਸਰਕਾਰ ਨੇ ਉਹਨਾਂ ਨੂੰ ਇਹ ਜਵਾਬ ਦਿੱਤਾ ਕਿ ਤੁਸੀਂ ਤਾਂ ਸਿਲੈਕਟਡ ਹੋ, ਤੁਹਾਨੂੰ ਜਵਾਬ ਦੇਣਾ ਸਾਡਾ ਕੋਈ ਬਣਦਾ ਨਹੀਂ ਗਾ, ਬਕਾਇਦਾ ਚਿੱਠੀ ਲਿਖ ਕੇ ਭੇਜਤਾ ਸੀਗਾ। ਆਹ ਮੇਰੇ ਹੱਥ ਵਿੱਚ ਡਾਕੂਮੈਂਟਸ ਨੇ ਜੀ, ਮੈਂ ਤਾਂ ਇਲੈਕਟਡ ਹੈਗਾ ਨਾ ਜੀ, ਇਲੈਕਟਡ ਨੂੰ ਅਧਿਕਾਰ ਹੈ ਕਿ ਵਿਧਾਨ ਸਭਾ ਦੇ ਵਿੱਚ ਆਪਣੀ ਗੱਲ ਰੱਖ ਸਕਦਾ। ਪਹਿਲਾ ਨੋਟਿਸ ਡਾਇਰੈਕਟਰ SCERT ਨੇ ਕੱਢਿਆ ਜੀ, ਉਹਦੇ ਵਿੱਚ ਜਿਹੜੀਆਂ ਸ਼ਰਤਾਂ ਸੀਗੀਆਂ ਕਿ 5 ਸਾਲ ਦੀ ਉਹਦੀ ਸਰਵਿਸ ਹੋਣੀ ਚਾਹੀਦੀ ਸਪੀਕਰ ਸਾਹਿਬ, ਅਤੇ 5 ਸਾਲ ਉਹਦੀ ਰਿਟਾਇਰਮੈਂਟ ਵਿੱਚ ਹੋਣੇ ਚਾਹੀਦੇ। ਓਨਲੀ ਦੋਜ਼ ਪੀਪਲ ਕੈਨ ਅਪਲਾਈ। ਸਡਨਲੀ ਦੇਰ ਵਾਜ਼ ਅ ਪਬਲਿਕ ਨੋਟਿਸ ਅਗੇਨ ਔਨ 10th January 2023, ਜਿਹਦੇ 'ਚ ਉਹਨਾਂ ਨੇ 5 ਸਾਲ ਦੀ ਪਹਿਲੀ ਸਰਵਿਸ ਦਾ ਰਿਲੈਕਸ ਕਰਕੇ ਉਹਨੂੰ ਕਹਿਤਾ ਜੀ 2 ਸਾਲ। ਸੋ ਇੱਕ ਮਿੰਟ ਜੀ, ਉਹਦੇ ਤੋਂ ਐਂ ਨਜ਼ਰ ਆਇਆ ਕਿ ਕੁਛ ਨਾ ਕੁਛ ਫੇਵਰੇਟਿਜ਼ਮ, ਨੈਪੋਟਿਜ਼ਮ, ਸ਼ਰਤ ਬਦਲੀ ਗਈ ਨਾ ਇਕਦਮ। ਔਰ ਉਹਦੇ 'ਚ ਇੰਪੋਰਟੈਂਟ ਗੱਲ ਹੈ, ਦਾ ਪੋਰਟਲ ਫੋਰ ਅਪਲਾਈਂਗ ਫੋਰਨ ਟ੍ਰੇਨਿੰਗਸ ਵਿਦ ਰਿਲੈਕਸ ਕੰਡੀਸ਼ਨ ਵਿਲ ਬੀ ਓਪਨ ਟਿਲ 20th January 2023। 20 ਤਰੀਕ ਤੱਕ ਪੋਰਟਲ ਖੁੱਲਿਆ ਸੀ ਐਪਲੀਕੇਸ਼ਨ ਲੈਣ ਲਈ, ਅਤੇ 21 ਤਰੀਕ ਨੂੰ ਚੀਫ ਮਿਨਿਸਟਰ ਸਾਹਿਬ ਨੇ ਜਿਹੜਾ ਸਕੂਲ ਆਫ ਐਮੀਨੈਂਸ ਦਾ ਫੰਕਸ਼ਨ ਕੀਤਾ, ਉਹਦੇ 'ਚ ਪਹਿਲੇ ਬੈਚ ਨਾਲ ਫੋਟੋ ਵੀ ਖਿਚਾ ਲਈ ਜੀ, ਮਤਲਬ ਰਾਤੋ ਰਾਤ ਸਾਰੀ ਸਿਲੈਕਸ਼ਨ ਹੋ ਗਈ ਜੀ। ਐਨੀ ਇੰਟਰਵਿਊਜ, ਕੋਈ ਮਾੜਾ ਮੋਟਾ ਮੈਰਿਟ, ਕੋਈ ਕੋਈ ਪੁੱਛ ਪੜਤਾਲ, ਕੋਈ ਹੋਰ ਪ੍ਰੋਸੈਸ, ਦੇ ਜਸਟ ਕੰਪਲੀਟਡ ਇਟ ਓਵਰਨਾਈਟ। ਸੋ ਗਵਰਨਰ ਸਾਹਿਬ ਦਾ ਜਿਹੜਾ ਮਸਲਾ ਉਠਾਇਆ ਸੀਗਾ, ਤੁਹਾਡੀ ਗੱਲ ਆ ਗਈ, ਫਿਰ ਆ ਗਈ ਹੈ, ਤੇ ਮਿਨਿਸਟਰ ਸਾਹਿਬ ਬੈਠੇ, ਉਹਨਾਂ ਨੂੰ ਕਹਿਣ, ਕਲੈਰੀਫਾਈ ਕਰਨ ਕਿ ਕੀ ਪ੍ਰੋਸੈਸ ਹੈ। ਸਾਰੇ ਸਾਰੇ ਪੰਜਾਬ ਦੇ ਲੋਕਾਂ ਦੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਪੂਰਾ ਖਰਚਾ ਵਾ, ਮੁੱਦੇ ਦੇ ਵਿੱਚ ਕੋਈ ਜ਼ਰੂਰੀ ਨਹੀਂ ਹੁੰਦਾ ਜਵਾਬ ਦੇ, ਜੇ ਮੰਤਰੀ ਸਾਹਿਬ ਜਵਾਬ ਦੇਣਾ ਚਾਹੁੰਦੇ। ਯੈਸ ਪਲੀਜ਼ ਮੰਤਰੀ ਜੀ। ਮਾਨਯੋਗ ਸਪੀਕਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਪਹਿਲੀ ਗੱਲ ਤਾਂ ਜੀ ਸਰ, ਇੱਥੇ ਕਾਫੀ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਪਹਿਲੀ ਵਾਰੀ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਚਰਚਾ ਹੋ ਰਹੀ ਹੈ ਮੇਰੇ ਮਹਿਕਮੇ ਦੀ, ਅੱਜ ਤੱਕ ਤਾਂ ਕਦੀ ਪੁੱਛਿਆ ਹੀ ਨਹੀਂ ਗਿਆ। ਵੱਡੇ ਵੱਡੇ ਲੀਡਰ ਜਿਨ੍ਹਾਂ ਕੋਲ ਜਦੋਂ ਮੌਕੇ ਸੀ ਉਹ ਟਵੀਟ ਕਰਨ ਲੱਗ ਗਏ ਜੀ, ਹੁਣ ਇਸ ਸਕੂਲ 'ਚ ਇਹ ਹੈ ਨਹੀਂ। ਬਹੁਤ ਖੁਸ਼ੀ, ਬਹੁਤ ਧੰਨਵਾਦ ਜੀ ਸਭ ਦਾ, ਮੇਰੇ ਲਈ ਬਹੁਤ। ਦੂਜੀ ਗੱਲ ਸਰ, ਖਹਿਰਾ ਸਾਹਿਬ ਨੂੰ ਔਫਰ ਹੈ ਮੇਰੇ ਵੱਲੋਂ, ਮੇਰੇ ਮਹਿਕਮੇ ਵੱਲੋਂ, ਅਸੀਂ ਅਰੇਂਜ ਕਰ ਦਾਂਗੇ, CM ਸਾਹਿਬ ਤੋਂ ਪ੍ਰਵਾਨਗੀ ਲੈ ਲਾਂਗੇ, ਤੀਜੇ ਬੈਚ ਵਿੱਚ ਅਸੀਂ ਇਹਨਾਂ ਨੂੰ ਭੇਜਣਾ ਚਾਹੁੰਦੇ ਹਾਂ, ਨਾਲ ਜਾ ਕੇ ਦੇਖ ਆਉਣ। ਮੇਰੇ ਵੱਲੋਂ ਔਫਰ ਹੈ, ਤੁਸੀਂ ਤੁਸੀਂ ਅਕਸੈਪਟ ਕਰਨਾ ਨਹੀਂ ਕਰਨਾ। ਤੀਜਾ ਸਰ, ਮੈਨੂੰ ਸਮਵਨ ਸੈਂਟ ਵੀ, ਸੁਣ ਲਓ ਹੁਣ, ਸੁਣਨ ਦੀ ਵੀ, ਸੁਣਨ ਦਾ ਵੀ ਮਾਦਾ ਰੱਖੋ ਖਹਿਰਾ ਸਾਹਿਬ, ਸੁਣਨ ਦਾ ਵੀ ਮਾਦਾ ਰੱਖੋ ਹੁਣ, ਲੈਟ ਮੀ ਸਪੀਕ ਮੰਤਰੀ ਜੀ, ਲੈਟ ਮੀ ਵਾਟ ਯਾ ਔਫਰ ਕੀਤਾ, ਚਲੇ ਜਾਓ, ਨਹੀਂ ਲੈ ਕੇ ਜਾਂ ਨਾ ਜਾਓ, ਖਹਿਰਾ ਸਾਹਿਬ ਸੁਣ ਤਾਂ ਲੈ ਮੰਤਰੀ ਜੀ, ਅਸੀਂ ਨਹੀਂ ਮੰਤਰੀ ਜੀ, ਜੇ ਅਸੀਂ ਸਾਡੇ, ਜੇ ਅਸੀਂ ਆਮ ਘਰਾਂ ਦੇ ਬੰਦੇ ਆ, ਸਾਡੀ ਗੱਲ ਨਹੀਂ ਸੁਣ ਸਕਦੇ ਮੰਤਰੀ ਜੀ, ਤੁਸੀਂ ਹੱਟ ਹੋਈ ਚੇਅਰ ਨੂੰ ਡਿਸਕਸ ਕਰੋ ਸਰ, ਹੁਣ ਸੁਣ ਲੈਣ ਪਲੀਜ਼, ਉਹ ਸੁਣਨਗੇ ਤੁਸੀਂ, ਮੈਂ ਕਹਿੰਦਾ ਵੀ ਅਗਰ ਕੋਈ ਮੈਂ ਖੜਾ ਹੋ ਗਿਆ ਸਰ ਔਨ ਦਾ ਫਲੋਰ ਆਫ ਮਾਨਯੋਗ ਮੰਤਰੀ, ਜਵਾਬ ਦੇ ਰਹੇ ਤੇ ਸੁਣਨਾ ਚਾਹੀਦਾ ਪਲੀਜ਼ ਸਰ। ਸਭ ਤੋਂ ਪਹਿਲਾਂ ਹੁਣ 5 ਮਿੰਟ ਸਰ ਬੋਲਣ ਨਾ ਪਲੀਜ਼ ਸਰ, ਇਫ ਹੀ ਇੰਟਰਪਟਸ ਸਰ ਕਾਈਂਡਲੀ ਸਰ ਐਕਸ਼ਨ ਲੋ ਸਰ, ਅਗੇਨ ਸਰ, ਅਗੇਨ ਸਰ, ਤੁਸੀਂ ਜਵਾਬ ਦਿਓ ਜੀ, ਜਵਾਬ ਦਿਓ ਜੀ ਜੀ ਸਰ। ਫੋਰਨ ਪਹਿਲੀ ਵਾਰੀ ਸਰ ਅਸੀਂ, ਇਹ ਸਾਡੀ ਕਮਿਟਮੈਂਟ ਸੀ ਕਿ ਅਸੀਂ ਫੋਰਨ ਐਜੂਕੇਸ਼ਨ ਸੈੱਲ ਸਰ ਅਸੀਂ ਸਟੈਬਲਿਸ਼ ਕੀਤਾ ਗਿਆ ਸਰ, ਇੱਕ ਪਾਰਦਰਸ਼ੀ ਸਕੈਲ ਬਣਾਇਆ ਗਿਆ ਸਰ SCERT ਦੇ ਵਿੱਚ, ਉਸ ਦੇ ਵਿੱਚ ਕੋਈ ਵੀ ਓਪਨਲੀ ਅਪਲਾਈ ਕਰ ਸਕਦਾ, ਉਹਦੀ ਕੰਡੀਸ਼ਨਸ ਬਣਾਈਆਂ ਗਈਆਂ। ਕੰਡੀਸ਼ਨ ਕੀ ਸੀਗੀ ਸਰ ਕਿ ਤੁਹਾਡੀ ਸਰਵਿਸ ਦੇ ਵਿੱਚ 5 ਸਾਲ ਪੇ ਹੋਣੇ ਚਾਹੀਦੇ ਹੈ, ਤੁਹਾਡਾ ਅਕੈਡਮਿਕ ਰਿਕਾਰਡ ਕਿੱਦਾਂ ਦਾ, ਤੁਹਾਡੇ ਸਕੂਲ ਦੇ ਵਿੱਚ ਬੱਚਿਆਂ ਦੇ ਦਾਖਲੇ ਕਿਵੇਂ ਹੋਏ, ਤੁਹਾਡੇ ਦੇ ਖਿਲਾਫ਼ ਕੋਈ ਕ੍ਰਿਮੀਨਲ ਐਕਸ਼ਨ, ਕੋਈ SCERT ਦੇ ਵਿੱਚ ਨੈਗੇਟਿਵਿਟੀ ਵੀ ਟਰਨ ਨਹੀਂ ਹੈਗੀ। ਇਸ ਤੋਂ ਇਲਾਵਾ ਸਰ ਇੱਕ ਕੰਡੀਸ਼ਨ ਇਹ ਸੀ ਕਿ ਤੁਹਾਨੂੰ ਸਰਵਿਸ ਦੇ ਵਿੱਚ 5 ਸਾਲ ਹੋ ਚੁੱਕੇ ਹੋਣੇ ਚਾਹੀਦੇ ਹੈ। ਹੁਣ ਹੋਇਆ ਕਿ ਸਰ ਜਦੋਂ ਅਸੀਂ ਅਪਲਾਈ, ਅਸੀਂ ਇਹਨੂੰ ਓਪਨ ਕੀਤਾ ਤਾਂ ਬਿਕੋਜ਼ ਐਪਲੀਕੇਸ਼ਨਸ ਘੱਟ ਆ ਰਹੀਆਂ ਸੀ ਤਾਂ ਸਾਨੂੰ ਲੱਗਿਆ ਕਿ ਅਸੀਂ ਆਪਣੇ ਯੰਗ ਪ੍ਰਿੰਸੀਪਲਸ ਨੂੰ ਵੀ ਭੇਜੀਏ, ਵਾਈ ਵੀ ਆਰ ਫੋਰਸਿੰਗ ਦੈਮ, ਤਾਂ ਅਸੀਂ ਸਰ ਉਹ 5 ਸਾਲ ਤੋਂ 2 ਸਾਲ ਤੇ ਘਟਾ ਦਿੱਤਾ ਸੀ। ਪਰ ਜਨਾਬ ਨੇ ਜਿਹੜਾ ਟਵੀਟ ਕੀਤਾ, ਮੈਨੂੰ ਕਿਸੇ ਨੇ ਸਕਰੀਨਸ਼ਾਟ ਭੇਜਿਆ, ਉਹ ਵਿੱਚ ਹੀ ਹੈਜ਼ ਯੂਜ਼ਡ, ਉਹ ਕਹਿੰਦੇ ਜੀ ਜਿਹੜੀ ਪੈਂਡਿੰਗ ਸਰਵਿਸ ਹੈ ਉਹ 5 ਤੋਂ 2 ਕਰਤੀ। ਨੋ, ਜਿਹੜੀ ਸਰ ਇਨੀਸ਼ੀਅਲ, ਜੇ ਅੱਜ ਮੈਂ ਪ੍ਰਿੰਸੀਪਲ ਇਲੈਕਟ ਸਿਲੈਕਟ ਹੁੰਦਾ ਤਾਂ ਜੇ ਮੇਰੀ ਸਰਵਿਸ 2 ਸਾਲ ਹੈ ਉਹ ਵੀ ਅਪਲਾਈ ਕਰ ਸਕਦਾ, ਐਂਡ ਇਟਸ ਓਪਨ ਸਰ। ਦੂਜੀ ਗੱਲ, ਸਵਾਲ ਇਹ ਆਉਂਦੀ ਅਸੀਂ ਆਪਣੇ ਸਾਰੇ ਪ੍ਰਿੰਸੀਪਲ ਭੇਜਣੇ ਹੈ। ਤੀਜੀ ਗੱਲ ਸਰ, ਵੀ ਮੇਰਾ ਕੋਈ 10 ਦਿਨ ਕੋਈ ਰਿਸ਼ਤੇ ਦਾ, ਤੁਸੀਂ ਚੈੱਕ ਕਰੋ ਸਰ, ਸਾਰੇ ਜਿਹੜੇ ਹੈ ਸਰ ਨੈਸ਼ਨਲ ਅਵਾਰਡੀਜ, ਸਟੇਟ ਅਵਾਰਡੀਜ, ਜਿਨ੍ਹਾਂ ਉਹਨਾਂ ਦੇ ਪਿੰਡਾਂ ਵਾਲਿਆਂ ਨੂੰ ਜਾ ਕੇ ਪੁੱਛੋ, ਉਸ ਇਲਾਕੇ ਦੇ ਜਾ ਕੇ ਬੰਦਿਆਂ ਨੂੰ ਪੁੱਛੋ, ਹਰਜੋਤ ਬੈਂਸ ਨੇ ਕਿਹੜਾ ਆਪਣਾ ਰਿਸ਼ਤੇਦਾਰ ਭੇਜਤਾ। ਨੰਬਰ 4 ਥਿੰਗ ਸਰ, ਉਹ ਜਿਹੜੀ ਫੋਟੋ ਹੈ ਪਹਿਲੇ ਬੈਚ ਦੀ ਫੋਟੋ ਹੈ ਸਰ, ਉਹਨਾਂ ਦੀ ਟਿਕਟਾਂ ਵੀ ਹੋ ਚੁੱਕੀਆਂ ਸੀ। ਪਹਿਲਾ ਬੈਚ 4 ਫਰਵਰੀ ਨੂੰ ਗਿਆ, ਪਹਿਲਾ ਅਕਤੂਬਰ 'ਚ ਖੁੱਲਿਆ ਸੀ ਜੀ ਇਹ ਸਰ। ਦਿਸ ਇਜ਼ ਫੋਰ ਸੈਕਿੰਡ ਬੈਚ, ਸੈਕਿੰਡ ਬੈਚ ਲਈ ਜੀ, ਹੁਣ ਤੀਜੇ ਬੈਚ ਲਈ ਫਿਰ ਖੋਲਾਂਗੇ।
ਜਦੋਂ ਵੀ ਬੈਚ ਆਊਗਾ ਉਦੋਂ ਤੀਜੇ ਬੈਚ ਲਈ ਫਿਰ ਖੋਲਾਂਗੇ, ਚੌਥੇ ਬੈਚ ਲਈ ਫਿਰ ਖੋਲਾਂਗੇ, ਐਂਡ ਵੀ ਆਰ ਓਪਨ, ਅਸੀਂ ਤਾਂ ਸਭ ਨੂੰ ਭੇਜਣਾ, ਸਾਰੇ ਪ੍ਰਿੰਸੀਪਲਾਂ ਨੂੰ ਭੇਜਾਂਗੇ, ਦੈਨ ਵੇਅਰ ਇਜ਼ ਦੇ ਐਲੀਮੈਂਟ ਆਫ ਫੇਵਰੇਟਿਜ਼ਮ? ਹੱਦ ਹੋ ਗਈ ਖਹਿਰਾ ਸਾਹਿਬ, ਬਟ ਪਹਿਲਾਂ ਹੁਣ ਤੁਸੀਂ ਮਾਫ਼ ਸਰ ਫੋਰ ਰੋਂਗ ਟਵੀਟ, ਫੋਰ ਸਪਰੈਡਿੰਗ ਰੋਂਗ ਇਨਫੋਰਮੇਸ਼ਨ, ਐਂਡ ਇਟ ਇਜ਼ ਇਜ਼ ਹੈਬਿਟ ਫੋਰ ਸਪਰੈਡਿੰਗ. ਆਈ ਸ਼ੋ ਯੂ sir, the word, sir, I am using mobile, it is against the rules. No, this is, you can okay. use it. Sir, shockingly, how Bhagwant Mann hurriedly changed, and let us judge who is so hurried, change the criteria of principal selections for Singapore training, minimum 5 years service remaining, cut down to 2 years. Where it has been cut down? Show me any document. This is your tweet. Sir, this man spreads fake information. Punjab nu gumrah karta hai banda, sir. Punjab nu gumrah karta, sir. Sir, I am showing with evidence. I am showing you with evidence. Sir, this is habit. Sir, habitual offender. Habitual offender. Sir, Punjab nu gumrah karna, ikkoi. Baitho. Sir, gumrah karna, sir. Sir, I am on record dikha raha, sir. I am showing you. Sir, I am again repeating. Sir, who is hurriedly? Shockingly, how Bhagwant Mann, my honorable CM, hurriedly changed the criteria of principal selection for Singapore training, minimum 5 years service remaining, cut down to 2 years. Where it has been cut down? Sir, had hogi, sir. Sir, had hi hogi, sir. Ek minute, mantri ji. Sir, je sarkari school de principal, sir, ਆਪ ਤਾਂ ਕੈਨੇਡਾ ਅਮਰੀਕਾ ਜਿੱਥੇ ਮਰਜ਼ੀ ਘੁੰਮਣ, ਜੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਚਲੇ ਜਾਣ ਤਾਂ ਤਕਲੀਫ ਹੈ। ਮਾੜਾ ਜਿਹਾ ਨਾ ਪੁੱਛ ਲਈਏ ਵੀ ਟਵੀਟ ਇਹਨਾਂ ਦਾ। ਸਰ ਨਹੀਂ, ਇੱਕ ਸੈਕਿੰਡ ਸਰ, ਮੈਨੂੰ ਬਹੁਤ ਤਕਲੀਫ ਹੈ ਸਰ। ਝੂਠੀ ਇਨਫੋਰਮੇਸ਼ਨ ਕਿਉਂ ਫੈਲਾਈ ਜਾਂਦੀ ਹੈ ਸਰ? ਝੂਠੀ ਇਨਫੋਰਮੇਸ਼ਨ ਕਿਉਂ ਫੈਲਾਈ ਜਾਂਦੀ ਹੈ ਸਰ? ਸਿਰਫ ਅਮਰੀਕਾ ਕੈਨੇਡਾ ਹੀ ਜਾ ਸਕਦੇ, ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਨਹੀਂ ਜਾ ਸਕਦੇ? ਕਿਉਂ ਨਹੀਂ ਜਾ ਸਕਦੇ? ਕੀ ਆਮ ਘਰਾਂ ਦੇ ਬੱਚਿਆਂ ਨੂੰ ਹੱਕ ਨਹੀਂ? ਸਰ ਹੱਦ ਹੋ ਗਈ ਸਰ। ਆਪਾਂ ਮੰਤਰੀ ਜੀ ਹੁਣ ਇਹਨਾਂ ਨੂੰ ਪੁੱਛ ਲਈਏ ਵੀ ਇਹ ਟਵੀਟ ਇਹਨਾਂ ਦੇ ਸੀ ਕਿ ਕਿਸੇ ਹੋਰ ਦਾ ਸੀ? ਹਾਂਜੀ ਖਹਿਰਾ ਸਾਹਿਬ, ਉਹ ਟਵੀਟ ਤੁਹਾਡਾ ਸੀ? ਸਪੀਕਰ ਸਾਹਿਬ ਇੱਕ ਮਿੰਟ, ਦੇਖੋ ਗੱਲ ਇਹ ਆ ਕਿ ਮੈਂ ਇੱਕ ਇਸ਼ੂ ਫਲੈਗ ਕੀਤਾ, ਇਹਦੇ 'ਚ ਡਾਇਰੈਕਟਰ, ਇੱਕ ਮਿੰਟ ਯਾਰ, ਹੁਣ ਗੱਲ ਤਾਂ ਸੁਣ ਲਓ। ਹੁਣ ਸੁਣ ਲਈਏ ਮੰਤਰੀ ਜੀ। ਸਪੀਕਰ ਸਾਹਿਬ, ਮੈਂ ਆਹ ਪਬਲਿਕ ਨੋਟਿਸ ਡਾਇਰੈਕਟਰ SCERT ਦਾ, ਜਿਹਦੇ 'ਚ ਪੋਰਟਲ ਦੀ ਡੇਟ ਲਿਖੀ ਹੋਈ ਆ, ਉਸ ਤੋਂ ਪਹਿਲਾਂ ਜਿਹੜਾ ਕੰਡੀਸ਼ਨ ਸੀਗੀਆਂ, ਨਾਓ let's presume he is pointing out some technical error in the tweet. My acha ek minute ji, lo meri tuhade marfat inna nu chunauti aa, agar eh kende ke eh tweet galat aa, tusi cyber cell vich ja ke mere khilaf complaint karke FIR darj kara dio. Chalo theek hai, can he do this here? Aa gaya ji. Can, no, and this is hala main apna tweet dekhya ni ga, I don't know who sent you, maybe edited by the way, let me tell you. Yes, I will see it and tell you. Will you apologize then? Nahi, main delete kar nahi karna, main kadi nahi karda delete. Chalo, tuhanu galat fehmi hai. Main khada sa baitho, khada sa baitho hone nu apa itthe mantri ji, Harjot Bains ji sir, ha ek tweet kithe tusi apne kolo ta nahi bana leya? ਸਰ ਇਹ ਟਵੀਟ ਹੁਣ ਵੀ ਤੁਸੀਂ ਵੀ ਸਰ ਟਵਿੱਟਰ ਕਾਫੀ ਯੂਜ਼ ਕਰਦੇ ਹੋ, ਤੁਸੀਂ ਵੀ ਸਕਰੀਨਸ਼ਾਟ ਲੈ ਲਓ, ਤੇ ਮੀਡੀਆ ਵੀ ਬੈਠਾ ਸਰ। ਸਰ ਸਰ ਇੱਕ ਸੈਕਿੰਡ, ਹੁਣ ਸੁਣ ਲਓ ਯਾਰ, ਉਹ ਦੇਵਤਾ ਜੀ ਸੁਣ ਲਓ, ਸੁਣਨ ਦਾ ਵੀ ਮਾਦਾ ਰੱਖੋ, ਸੁਣਨ ਦਾ ਵੀ। ਖੈਰਾ ਸਾਹਿਬ, ਮੇਰਾ ਖਿਆਲ ਹੁਣ ਆਪਾਂ ਤੁਹਾਡੀ ਵਾਰੀ ਨੋਰਮਲੀ ਹੋ ਗਈ, ਅੱਗੇ ਲੈ ਚਲੀਏ ਇਸ ਗੱਲ ਨੂੰ, ਤੁਹਾਡੀ ਵਾਰੀ ਨੋਰਮਲੀ ਹੋ ਗਈ ਹੁਣ ਸਰ। ਠੀਕ ਹੈ ਤੁਸੀਂ, ਠੀਕ ਹੈ ਜੀ, ਤੁਸੀਂ ਇਹਦੇ ਖਿਲਾਫ ਸਾਈਬਰ ਤੇ ਕੰਪਲੇਂਟ ਦਿਓਗੇ ਸਰ? ਬਿਲਕੁਲ, ਹੁਣ ਦੋ ਸਰ ਮੰਤਰੀ ਜੀ। ਸਰ ਮੈਂ ਮੀਡੀਆ ਦੀ ਹਾਜ਼ਰੀ ਵਿੱਚ ਕਹਿ ਰਿਹਾ, ਹੁਣ ਸਰ ਇਹ ਵਿਧਾਨ ਸਭਾ ਦੇ ਫਲੋਰ ਤੇ ਹੋਇਆ ਡਿਸੀਜਨ ਸਰ, ਅਗਰ ਇਹ ਟਵੀਟ ਗਲਤ ਹੋਇਆ ਅਸੀਂ ਸਾਈਬਰ ਸੈੱਲ ਨੂੰ ਕੰਪਲੇਂਟ ਦਵਾਂਗੇ। ਠੀਕ ਹੈ ਜੀ, ਲੈਟ ਦ ਪੁਲਿਸ ਟੇਕ ਐਕਸ਼ਨ। ਠੀਕ ਹੈ ਜੀ, ਹੋ ਗਿਆ, ਬੈਠੋ ਜੀ ਬੈਠੋ, ਮੈਂ ਅਲਾਓ ਕੀਤਾ ਦੇਖੋ, you cannot point finger at the chair ਦੇ ਫੈਸਲੇ ਉੱਤੇ ਕੋਈ ਵੀ ਮਾਣਯੋਗ ਮੈਂਬਰ ਕੁਐਸਚਨ ਨਹੀਂ ਕਰ ਸਕਦਾ। ਪਲੀਜ਼ ਹੁਣ ਤੁਸੀਂ ਬੈਠੋ, ਆਪਾਂ ਅੱਗੇ ਚਲਾਈਏ ਕੁਲਵੰਤ ਜੀ।
ਕੁਲਵੰਤ ਜੀ ਤੁਸੀਂ ਬੈਠੋ ਜੀ, ਚੇਅਰ ਹੀ ਰੂਲ ਹੈ, ਬੈਠੋ ਤੁਸੀਂ, ਬੈਠੋ ਤੁਸੀਂ। ਫਿਰ ਤੁਹਾਨੂੰ ਬੁਲਾਇਆ, ਤੁਹਾਨੂੰ ਮੌਕਾ ਦਿੱਤਾ, ਮੇਰੀ ਡਿਊਟੀ ਆ, ਪਰ ਆਪਾਂ ਅੱਗੇ ਵੀ ਤੋਰੀਏ ਨਾ, ਇਹ ਕੱਲੀ ਡਿਬੇਟ ਤੁਹਾਡੇ ਤਾਂ ਨਹੀਂ ਹੋਣੀ। ਕੁਲਵੰਤ ਜੀ ਦੇਣ ਲਈ ਮੰਤਰੀ ਸਾਹਿਬ ਦੇ ਮਾਧਿਅਮ ਨੇ ਮਨ ਨੂੰ ਬੜੀ ਖੁਸ਼ੀ ਜਦੋਂ ਉਹਨਾਂ ਨੇ ਦੱਸਿਆ ਵੀ ਜਿਹੜੇ ਆਜ਼ਾਦੀ ਘਰਾਟੀਏ ਪਰਿਵਾਰ ਨੇ ਉਹਨਾਂ ਦੀ ਦੇਖ ਰੇਖ, ਉਹਨਾਂ ਦੇ ਘਰਾਂ ਦੀ ਦੇਖ ਰੇਖ, ਉਹਨਾਂ ਦੀ ਸੇਵਾ ਸੰਭਾਲ ਲਈ ਜਿਹੜਾ ਪੰਜਾਬ ਸਰਕਾਰ ਆ, ਮਾਨ ਸਰਕਾਰ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ। ਤੁਸੀਂ ਵੀ ਇੱਕ ਸਖ਼ਤ ਨਿਰਦੇਸ਼ ਜਾਰੀ ਕੀਤਾ ਵੀ ਜਿਹੜਾ ਲਾਭ ਸਿੰਘ ਉੱਗੂ ਨੇ ਸਵਾਲ ਚੱਕਿਆ ਸੀ ਵੀ ਉਹ ਜਿਹਨੇ ਬੰਦੇ ਨੇ ਅਣਗਹਿਲੀ ਕਰੀ ਹੈ ਵੀ 8300 ਪੈਨਸ਼ਨ ਕਿਵੇਂ ਲੇਟ ਹੋਈ, ਤਾਂ ਮੈਂ ਤੁਹਾਡਾ ਧੰਨਵਾਦ ਕਰਦਾ। ਅਤੇ ਮੈਂ ਤੁਹਾਡਾ ਧਿਆਨ ਇੱਕ ਲਿਆਉਣਾ ਚਾਹੁੰਦਾ ਕਿ ਲੁਧਿਆਣੇ ਸ਼ਹਿਰ ਵਿੱਚ ਸ਼ਹੀਦ ਸੁਖਦੇਵ ਸਿੰਘ ਥਾਪਰ ਦਾ ਘਰ। ਮੇਰਾ ਨਿਰਦੇਸ਼ ਨਹੀਂ, ਮੇਰੀ ਤਾਂ ਬੇਨਤੀ ਹੈ, ਇਹ ਹਾਊਸ ਦਾ ਨਿਰਦੇਸ਼ ਹੁੰਦਾ। ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ। ਇੱਕ ਮਿੰਟ ਹੋਰ ਦੱਸਦਾ, ਤੂੰ ਬੈਠੋ ਦੋ ਮਿੰਟ। ਜਿਹੜਾ ਇਹ ਮੁਕੱਦਸ ਹਾਊਸ ਹੈ, ਸਰਕਾਰ ਭਾਵੇਂ ਪੋਲੀਟੀਕਲ ਪੋਸਟਸ ਨੇ, ਸੰਵਿਧਾਨਿਕ ਪੋਸਟਾਂ ਨੇ ਜਾਂ ਬਿਊਰੋਕਰੇਸੀ ਹੈ, ਉਹ ਜਵਾਬਦੇਹ ਹੈ ਇਸ ਮੁਕੱਦਸ ਹਾਊਸ ਨੂੰ। ਔਰ ਮੈਨੂੰ ਬਹੁਤ ਵਾਰ ਸਾਡੇ ਮਾਣਯੋਗ ਮੈਂਬਰ ਸਾਹਿਬਾਨ ਦੀਆਂ ਕੰਸਰਨ ਮੇਰੇ ਕੋਲ ਆ ਕੇ ਦੱਸਦੇ ਰਹਿੰਦੇ ਨੇ ਕਿ ਸਰਕਾਰ ਦੇ ਵਿੱਚ ਬੈਠੇ ਕਈ ਲੋਕ, ਕਈ ਬਿਊਰੋਕਰੈਟਸ ਪ੍ਰੋਟੋਕਾਲ ਦੀ ਪਾਲਣਾ ਨਹੀਂ ਕਰਦੇ। ਵੈਸੇ ਤਾਂ ਉਹਦੇ ਵਾਸਤੇ ਕਮੇਟੀ ਬਣੀ ਹੋਈ ਹੈ, ਲੇਕਿਨ ਮੈਂ ਇੱਥੇ ਦੱਸ ਦਿਆਂ ਕਿ ਹਿੰਦੁਸਤਾਨ ਦੇ ਸੰਵਿਧਾਨ ਨੇ 3 ਅੰਗ ਬਣਾਏ ਨੇ ਸਰਕਾਰ ਦੇ, ਜੁਡੀਸ਼ਰੀ, ਸਟੇਟ ਦੇ ਵਿੱਚ ਜੀਡੀ ਜਿਹਦੇ ਹੈੱਡ ਮਾਣਯੋਗ ਚੀਫ ਜਸਟਿਸ ਹੁੰਦੇ ਨੇ, ਐਗਜੈਕਟਿਵ ਜਿਹਦੇ ਹੈੱਡ ਮਾਣਯੋਗ ਮੁੱਖ ਮੰਤਰੀ ਸਾਹਿਬ ਹੁੰਦੇ ਨੇ, ਅਤੇ ਲੈਜਿਸਲੇਚਰ ਜਿਹਦੇ ਹੈੱਡ ਸਪੀਕਰ ਹੁੰਦੇ ਨੇ। ਇਹਨਾਂ 3 ਅੰਗਾਂ ਨੂੰ ਆਪਣੇ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨ ਦੀ ਤਵੱਕੋ ਕੀਤੀ ਜਾਂਦੀ ਹੈ ਸਾਡੇ ਸੰਵਿਧਾਨ ਵੱਲੋਂ। ਕਈ ਵਾਰ ਇੱਕ ਦੂਜੇ ਦੇ ਅਧਿਕਾਰ ਖੇਤਰ ਦੇ ਵਿੱਚ ਜਦੋਂ ਦਖਲ ਅੰਦਾਜ਼ੀ ਹੁੰਦੀ ਆ ਤਾਂ ਇਹਨਾਂ ਇੰਸਟੀਟਿਊਸ਼ਨਸ ਦੀ ਸੈਂਕਟੀਟੀ 'ਤੇ ਸੱਟ ਵੱਜਦੀ ਆ, ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਹਾਂ, ਜਿਹੜੀ ਐਗਜੈਕਟਿਵ ਹੈ, ਜਿਹੜੀ ਸਰਕਾਰ ਹੈ, ਉਹ ਤਾਕਤਾਂ ਲੈਂਦੀ ਹੈ ਵਿਧਾਨ ਸਭਾ ਤੋਂ, ਸੋ ਸਰਕਾਰ ਪੂਰੇ ਤਰ੍ਹਾਂ ਨਾਲ ਜਵਾਬਦੇਹ ਹੁੰਦੀ ਹੈ ਵਿਧਾਨ ਸਭਾ ਨੂੰ। ਔਰ ਜਿੱਥੇ ਵੀ ਕਿਤੇ ਪ੍ਰੋਟੋਕੋਲ ਦੇ ਵਿੱਚ ਉਲੰਘਣਾ ਹੁੰਦੀ ਹੈ ਸਾਡੇ ਮਾਣਯੋਗ ਮੈਂਬਰ ਸਾਹਿਬਾਨ ਦੇ ਵਿੱਚ, ਭਾਵੇਂ ਉਹ ਇੱਧਰ ਬੈਠੇ ਆ ਭਾਵੇਂ ਇੱਧਰ ਬੈਠੇ ਆ, ਉਹਦੇ ਵਿੱਚ ਸਜ਼ਾ, ਉਹਦੇ ਵਿੱਚ ਸਖ਼ਤ ਐਕਸ਼ਨ ਲੈਣ ਲਈ ਸੰਵਿਧਾਨ ਨੇ ਇਸ ਹਾਊਸ ਨੂੰ ਇੰਪਾਵਰ ਕੀਤਾ ਹੋਇਆ। ਪਿਛਲੇ ਦਿਨੀ ਯੂਪੀ ਵਿਧਾਨ ਸਭਾ ਦੇ ਵਿੱਚ ਯੂਪੀ ਵਿਧਾਨ ਸਭਾ ਵੱਲੋਂ 1 ਦਿਨ ਦੀ ਕੈਦ ਵੀ ਕੀਤੀ ਗਈ ਹੈ ਕੁਛ ਅਫਸਰਾਂ ਨੂੰ ਜਿਨ੍ਹਾਂ ਨੇ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ। ਸੋ ਮੈਂ ਫਿਰ ਮਾਣਯੋਗ ਮੰਤਰੀ ਸਾਹਿਬ ਨੂੰ ਕਹਿੰਦਾ ਕਿ ਡਾਇਰੈਕਸ਼ਨ ਜਾਰੀ ਕੀਤੇ ਜਾਣ ਨਿਤਿਨ ਸਾਹਿਬ ਕਿ ਮਾਣਯੋਗ ਮੈਂਬਰਾਂ ਦੇ ਮਾਨ ਸਨਮਾਨ ਦੇ ਵਿੱਚ ਕਿਤੇ ਵੀ ਕੋਈ ਕੁਤਾਹੀ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹ ਮੈਂਬਰ ਇੱਕ ਮੈਂਬਰ ਨਹੀਂ ਹੈ, ਇਹ 1.5 ਲੱਖ ਲੋਕਾਂ ਦੇ ਨੁਮਾਇੰਦੇ ਨੇ। ਔਰ ਕਿਤੇ ਵੀ ਮੈਂਬਰ ਦੇ ਪ੍ਰੋਟੋਕੋਲ ਦੇ ਵਿੱਚ ਕੋਈ ਕੁਤਾਹੀ ਹੋਣੀ ਹੈ, ਉਹ 1.5 ਲੱਖ ਲੋਕ, ਕਿਉਂਕਿ ਇਹ ਲੋਕ ਰਾਜ ਹੈ, 1.5 ਲੱਖ ਲੋਕਾਂ ਦੇ ਸਵੈਮਾਨ ਦੇ ਉੱਪਰ ਸੱਟ ਅਸੀਂ ਨਹੀਂ ਵੱਜਣ ਦੇਣੀ, ਇਹ ਹਾਊਸ ਤਾਂ ਕਦੇ ਨਹੀਂ ਵੱਜਣ ਦੇਗਾ। ਸੋ ਬਾਕੀ ਜਿਹੜੇ ਆਜ਼ਾਦੀ ਘਟਾਉਂਦੇ ਦੀ ਗੱਲ ਹੈ, ਅਸੀਂ ਤਾਂ ਉਹਨਾਂ ਦਾ ਦੇਣਾ ਦੇ ਹੀ ਨਹੀਂ ਸਕਦੇ, ਜੋ ਮਰਜ਼ੀ ਹੋ ਜਾਵੇ।